ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਇਹਨਾਂ ਤੋਂ ਐਨਡੀਪੀ ਸੈਕਟ ਦੇ ਵਿੱਚ ਬਰਾਮਦਗੀ ਕੀਤੀ ਗਈ, ਜਿਹਦੇ ਵਿੱਚ ਇਹਨਾਂ ਤੋਂ 40-40 ਇੰਜੈਕਸ਼ਨ ਤੇ ਤਕਰੀਬਨ 20 ਗ੍ਰਾਮ ਜਿਹੜਾ ਹੈਰੋਇਨ ਜਿਹੜੀ ਬਰਾਮਦ ਹੋਈ ਸੀ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਿਆਂ ਦੇ ਖਿਲਾਫ਼ ਜਿਹੜੀ ਲੜਾਈ ਲੜੀ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ SSP ਸਾਹਿਬ ਸ਼੍ਰੀਮਤੀ ਅਲਕਾ ਮੀਨਾ ਜੀ ਨਵਾਂਸ਼ਹਿਰ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ 2 ਤਰੀਕ ਨੂੰ 2-7 ਨੂੰ 2 ਅਕਿਊਜ਼ ਜਿਹੜੇ ਗ੍ਰਿਫਤਾਰ ਕੀਤੇ ਗਏ, ਜਿਹਦੇ ਵਿੱਚ ਸੰਨੀ ਅਤੇ ਪਰਮਜੀਤ ਕੌਰ। ਇਹਨਾਂ ਤੋਂ NDP ਸੈਕਟ ਦੇ ਵਿੱਚ ਬਰਾਮਦਗੀ ਕੀਤੀ ਗਈ, ਜਿਹਦੇ ਵਿੱਚ ਇਹਨਾਂ ਤੋਂ 40-40 ਇੰਜੈਕਸ਼ਨ ਅਤੇ ਤਕਰੀਬਨ 20 ਗ੍ਰਾਮ ਜਿਹੜਾ ਹੈਰੋਇਨ ਜਿਹੜੀ ਬਰਾਮਦ ਹੋਈ ਸੀ। ਸੋ ਇਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕਰਨ ਤੋਂ ਬਾਅਦ ਇਹਨਾਂ ਦੀ ਜਿਹੜੀ ਮੁੱਢਲੀ ਪੁੱਛਗਿੱਛ ਕੀਤੀ ਗਈ, ਉਸ ਦੇ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਕਿ ਪਰਮਜੀਤ ਕੌਰ ਅਤੇ ਸੰਨੀ ਜਿਹੜੇ ਆ ਇਹਨਾਂ ਦੇ ਨਾਲ ਇੱਕ ਸਾਡੇ ਮੁਲਾਜ਼ਮ SC ਪ੍ਰਿਤਪਾਲ ਸਿੰਘ ਉਹ ਇਨਵੋਲਵ ਸੀਗਾ, ਔਰ ਉਹ ਪਰਮਜੀਤ ਕੌਰ ਨੂੰ ਸਪਲਾਈ ਦਿੰਦਾ ਸੀ ਹੈਰੋਇਨ ਦੀ, ਜਿਹੜੀ ਕਿ ਉਹ ਦਿੱਲੀ ਤੋਂ ਕਿਸੇ ਅਫਰੀਕਨ ਨਾਗਰਿਕ ਤੋਂ ਲੈ ਕੇ ਆਉਂਦਾ ਸੀ। ਸੋ ਉਹਨਾਂ ਦੀ ਪੁੱਛਗਿੱਛ 'ਤੇ ਇਹ ਜਦੋਂ ਖੁਲਾਸਾ ਹੋਇਆ ਤਾਂ ਇਸ ਹੌਲਦਾਰ ਪਰਮਜੀਤ ਪ੍ਰਿਤਪਾਲ ਸਿੰਘ ਨੂੰ ਇਹਨਾਂ ਕੇਸਾਂ ਦੇ ਵਿੱਚ ਨਾਮਜ਼ਦ ਕੀਤਾ ਗਿਆ। ਨਾਮਜ਼ਦ ਕਰਨ ਤੋਂ ਬਾਅਦ ਫਿਰ ਇਹਦਾ ਪਤਾ ਲੱਗਾ ਕਿ ਇਹ ਵਿਦੇਸ਼ ਗਿਆ ਹੋਇਆ ਕੈਨੇਡਾ, ਅਤੇ ਇਸ ਦੀ LOC ਜਾਰੀ ਕਰਾਈ ਗਈ, ਜਿਸ 'ਤੇ ਇਹਨੂੰ ਕੱਲ੍ਹ ਏਅਰਪੋਰਟ ਤੋਂ ਅਰੈਸਟ ਕਰਕੇ ਲੈ ਕੇ ਆਉਂਦਾ ਗਿਆ, ਔਰ ਇਸ ਟਾਈਮ ਇਹਦਾ ਅੱਜ ਇਹਨੂੰ ਪੇਸ਼ ਕਰਕੇ ਇਹਦਾ ਜਿਹੜਾ ਰਿਮਾਂਡ ਲਿਆ ਜਾਵੇਗਾ ਫਰਦਰ। ਔਰ ਇਸ ਦੀ ਇਸ ਇਨਵੋਲਵਮੈਂਟ ਕਰਕੇ, ਕਿਉਂਕਿ ਇਹ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰ ਰਿਹਾ ਵਰਦੀ ਪਾ ਕੇ, ਸੋ ਉਸ 'ਤੇ ਐਕਸ਼ਨ ਲੈਂਦੇ ਹੋਏ ਫੌਰੀ ਤੌਰ 'ਤੇ ਇਹਨੂੰ ਆਪਣੇ ਬਰਖਾਸਤ ਕੀਤਾ ਗਿਆ ਹੈ। ਇਹ ਡਰਾਈਵਰ ਹੈ, ਅਜੇ ਡਰਾਈਵਰ ਨੌਕਰੀ ਕਰਦਾ, MT ਬ੍ਰਾਂਚ ਦੇ ਵਿੱਚ ਤੈਨਾਤ ਸੀ। ਇਹ 2 ਕੇਸ ਰਜਿਸਟਰ ਹੋਏ ਨੇ, ਇੱਕ ਸੰਨੀ 'ਤੇ ਔਰ ਇੱਕ ਪਰਮਜੀਤ ਕੌਰ 'ਤੇ। ਉਹ ਇੱਕ ਹਾਂਜੀ ਦੋਨਾਂ ਮੁਕਦਮੇ ਖੁਦ ਵੀ ਨਸ਼ੇ ਕਰਨ ਦਾ ਆਦੀ ਸੀ ਮੁਲਾਜ਼ਮ। ਹਾਂ, ਨਸ਼ੇ ਕਰਨ ਦਾ ਆਦੀ ਹੈ, ਪਹਿਲਾਂ ਵੀ ਪੁਰਾਣਾ ਵੀ ਇਹਦੀਆਂ ਸ਼ਿਕਾਇਤਾਂ ਸੀਗੀਆਂ, ਨਸ਼ੇ ਕਰਨ ਦਾ ਆਦੀ ਹੈਗਾ। ਇਹ ਅਜੇ ਤਾਂ ਅਸੀਂ ਰਿਮਾਂਡ ਲੈ ਰਹੇ ਹਾਂ, ਇਹਨੂੰ ਪੁੱਛਗਿੱਛ ਕਰਾਂਗੇ। ਜੋ ਮੁੱਢਲੀ ਪੁੱਛਗਿੱਛ 'ਚ ਸਾਹਮਣੇ ਗੱਲ ਆਈ ਸੀ ਕਿ ਜਿਹੜਾ ਸੰਨੀ ਹੈ ਉਹਨੂੰ ਵੀ ਇਹਨੇ ਇੰਟਰੋਡਿਊਸ ਕਰਾਇਆ ਸੀ ਉਹਦੇ ਨਾਲ, ਅਫਰੀਕਨ ਨਾਗਰਿਕ ਨਾਲ, ਔਰ ਇਹਦੀ ਐਬਸੈਂਸ ਦੇ ਵਿੱਚ ਜਦੋਂ ਇਹ ਬਾਹਰ ਚਲਾ ਗਿਆ ਸੀ ਤਾਂ ਉਹ ਸੰਨੀ ਜਿਹੜਾ ਹੈ ਉੱਥੋਂ ਹੀਰੋਇਨ ਲਿਆ ਕੇ ਪਰਮਜੀਤ ਕੌਰ ਨੂੰ ਸਪਲਾਈ ਕਰਦਾ ਸੀ। ਹੋਰ ਅਜੇ ਇਸ ਹਾਲੇ ਤੱਕ ਕੁਛ ਸਾਹਮਣੇ ਨਹੀਂ ਆਇਆ, ਲੇਕਿਨ ਫਿਰ ਵੀ ਅਸੀਂ ਇਹਦਾ ਰਿਮਾਂਡ ਲੈ ਰਹੇ ਹਾਂ, ਇਹਦੀ ਫਰਦਰ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਵੀ ਹੋਰ ਕੋਈ ਬੰਦੇ ਦੀ। ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ। ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ।